ਹੈਲੋ ਸਟੂਡੈਂਟਸ ਮੈਂ ਅਕੋਸ਼ੀ ਸ਼ਰਮਾ ਆਪ ਸਭ ਦਾ ਆਪਣੇ ਚੈਨਲ ਵਿੱਚ ਸਵਾਗਤ ਕਰਦੀ ਹਾਂ ਸਟੂਡੈਂਟਸ ਅਸੀਂ ਆਂਗਣਵਾੜੀ ਸੁਪਰਵਾਈਜ਼ਰ ਐਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ ਇਸ ਚੈਨਲ ਤੇ ਜੇਕਰ ਤੁਸੀਂ ਫਸਟ ਟਾਈਮ ਇਸ ਚੈਨਲ 'ਚ ਵਿਜ਼ਿਟ ਕੀਤਾ ਹੈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਸਹੀ ਟਾਈਮ ਤੇ ਮਿਲਦੇ ਰਹਿਣ ਸਟੂਡੈਂਟਸ ਕਾਫੀ ਸਾਰੇ ਬੱਚੇ ਜੀਹਨੇ ਜੋ ਵੀਡੀਓ ਦੇਖ ਲੈਂਦੇ ਨੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਬਣਾਉਣ ਦੇ ਵਿੱਚ ਕਾਫੀ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਤੁਸੀਂ ਸਾਡਾ ਸਪੋਰਟ ਕਰੋ ਜਿੰਨਾ ਸਾਨੂੰ ਜੋ ਹੈ ਮੋਟੀਵੇਸ਼ਨ ਮਿਲਦੀ ਰਹੇ ਸ਼ੁਰੂ ਕਰ ਲੈਂਦੇ ਅੱਜ ਦਾ ਵੀਡੀਓ ਚਿਲड्रन ਵਿਦ ਸਪੈਸ਼ਲ ਨੀਡਸ ਕੁਛ ਇਸ ਦੇ ਵਿੱਚ ਹੈ ਜਿਹੜਾ ਟੌਪਿਕ ਹੈ ਚਿਲड्रन ਵਿਦ ਸਪੈਸ਼ਲ ਨੀਡਸ ਇਹ ਟੌਪਿਕ ਇਸ ਚੀਜ਼ ਨਾਲ ਰਿਲੇਟਡ ਹੈ ਕੁਛੇ ਬੱਚੇ ਜੋ ਹੁੰਦੇ ਆ ਉਹ ਆਰਡੀਨਰੀ ਨਹੀਂ ਹੁੰਦੇ ਉਹ ਸਪੈਸ਼ਲ ਹੁੰਦੇ ਆ ਮਤਲਬ ਉਹਨਾਂ ਨੂੰ ਕੁਛ ਨਾ ਕੁਛ ਪ੍ਰੋਬਲਮ ਹੋ ਜਾਂਦੀ ਹੈ ਜਦੋਂ ਛੋਟੇ ਹੁੰਦੇ ਆ ਉਦੋਂ ਤੋਂ ਹੀ ਇਸ ਲਈ ਨੂੰ স্পেশাল ਨੀਡ ਦੀ স্পেশাল اٹেনਸ਼ਨ ਦੀ ਲੋੜ ਹੁੰਦੀ ਆ ਤੇ ਸ਼ੁਰੂ ਕਰ ਲੈਂਦੇ ਆ ਅੱਜ ਦਾ ਟਾਪਿਕ ਚਿਲड्रन ਵਿਦ স্পেশাল ਨੀਡਸ ਵਿਸ਼ੇਸ਼ ਲੋੜਾਂ ਵਾਲੇ ਬੱਚੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਅਪੰਗਤਾ ਹੁੰਦੀ ਹੈ ਅਤੇ ਉਹਨਾਂ ਨੂੰ ਬੇਮਿਸਾਲ ਦੇ ਇਕਬਾਲ ਵੱਧ ਨੂੰ ਮਦਦ ਦੀ ਲੋੜ ਹੁੰਦੀ ਹੈ ਇਹਨਾਂ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਉਹਨਾਂ ਦੀ ਅਪੰਗਤਾ ਦੀ ਪ੍ਰਕਿਰਤੀ ਤੇ ਨਿਰਭਰ ਕਰਦੀਆਂ ਹਨ ਜੇ ਗੱਲ ਕਰ ਲਈਏ ਚਿਲड्रन ਵਿਦ স্পেশাল ਨੀਡਸ ਸੀ ਡਬਲਯੂ ਐਸ ਐਨ ਇਹਦੀ ਫੁੱਲ ਫਾਰਮ ਯਾਦ ਕਰ ਲਵੋ ਚਿਲड्रन ਵਿਦ ਸਪੈਸ਼ਲ ਨੀਡਸ ਉਹ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਕਿਸੇ ਕਿਸਮ ਦੀ ਅਪੰਗਤਾ ਹੁੰਦੀ ਹੈ ਇਹਨਾਂ ਨੂੰ ਅਪੰਗਤਾ ਹੁੰਦੀ ਹੈ ਬਚਪਨ ਤੋਂ ਹੀ ਤੇ ਇਸ ਕਰਕੇ ਇਹਨਾਂ ਨੂੰ ਵਾਧੂ ਮਦਦ ਦੀ ਲੋੜ ਹੁੰਦੀ ਆ ਇਹਨਾਂ ਨੂੰ ਜ਼ਿਆਦਾ ਅਟੈਨਸ਼ਨ ਦਿੱਤੀ ਜਾਣੀ ਚਾਹੀਦੀ ਆ ਤੇ ਕਾਫੀ ਕਿਸਮ ਦੀ ਅਪੰਗਤਾ ਹੋ ਸਕਦੀ ਹੈ ਇਹਨਾਂ ਨੂੰ ਜੋ ਆਪਾਂ ਅੱਗੇ ਪੜ੍ਹਾਂਗੇ ਕਿ ਕਿਸ ਕਿਸ ਤਰ੍ਹਾਂ ਦੀ ਇਹਨਾਂ ਨੂੰ ਪ੍ਰੋਬਲਮ ਜੋ ਹੈ ਬੱਚਿਆਂ ਨੂੰ ਆਂਦੀ ਹੈ ਵਿਸ਼ੇਸ਼ ਲੋੜਾਂ ਦੀਆਂ ਸਭ ਤੋਂ ਆਮ ਕਿਸਮਾਂ ਕੀ ਹਨ ਉਹੀ ਜੋ ਮੈਂ ਗੱਲ ਕਰ ਰਹੀ ਸੀ ਕਿਹੜੀ-ਕਿਹੜੀ ਜਿਹੜੀ ਹੈ ਇਹਨਾਂ ਨੂੰ ਪ੍ਰੋਬਲਮ ਬੱਚਿਆਂ ਨੂੰ ਅਪੰਗਤਾ ਕਿਹੜੀ-ਕਿਹੜੀ ਆ ਜਾਂਦੀ ਹੈ ਕੁਝ ਸਭ ਤੋਂ ਆਮ ਵਿਸ਼ੇਸ਼ ਲੋੜਾਂ ਜਿਨ੍ਹਾਂ ਦਾ ਛੋਟੇ ਬੱਚਿਆਂ ਦਾ ਪਤਾ ਲਗਾਇਆ ਜਾਂਦਾ ਹੈ ਕਿਹੜੀ-ਕਿਹੜੀ ਪ੍ਰੋਬਲਮ ਹੈ ਬੋਲਣ ਜਾਂ ਭਾਸ਼ਾ ਵਿੱਚ ਦੇਰੀ ਮੱਲੋਂ ਉਹਨਾਂ ਨੂੰ ਬੋਲਣਾ 19 ਸੇਤੀ ਨਹੀਂ ਬੋਲਣਾ ਸ਼ੁਰੂ ਕਰਦੇ ਜਿੰਨੇ ਨਾਰਮਲ ਬੱਚੇ ਸ਼ੁਰੂ ਕਰ ਦਿੰਦੇ ਆ ਆਰਟਿਜ਼ਮ ਸਪੈਕਟਰਮ ਡਿਸਆਰਡਰ ਆਰਟイズਮ ਸਪੈਕਟਰਮ ਡਿਸਆਰਡਰ ਹੋ ਜਾਂਦਾ ਆ ਕಾಗ್ਨੀਟਿਵ ਡਿਲੇਸ ਬੋਧਾਤਮਕ ਦੋਰੀ ਦੇਰੀ ਸੋਸ਼ਲ ਐਂਡ ਇਮੋਸ਼ਨਲ ਡਿਸਆਰਡਰ ਕੁਝ ਇੱਕ ਸੋਸ਼ਲ ਜਾਂ ਇਮੋਸ਼ਨਲ ਡਿਸਆਰਡਰ ਹੋ ਜਾਂਦੇ ਆ ਲਰਨਿੰਗ ਡਿਫਰੈਂਸਸ ਡਿਸੇਬਿਲिटीज ਕੁਝ ਇਹ ਗੁਣਾਨੂੰ ਜੋ ਹੈ ਪ੍ਰੋਬਲਮਸ ਹੋ ਜਾਂਦੀਆਂ ਨੇ ਜਿਵੇਂ ਕਿ ਸਪੀਚ ਐਂਡ ਲੈਂਗੁਏਜ ਡਿਲੇ ਆਰਟイズਮ ਸਪੈਕਟਰਮ ਡਿਸਆਰਡਰ cognitive delays social and emotional disorder learning differences disabilities ਇਹ ਜਿੰਨੇ ਵੀ ਇਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਇਹਦੇ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਡਿਟੇਲ ਦੇ ਵਿੱਚ ਕਰਾਂਗੇ ਕਿ ਹਰ ਇੱਕ ਡਿਸੇਬਿਲਟੀ ਦੇ ਵਿੱਚ ਕੀ ਕੀ ਹੁੰਦਾ ਹੈ ਇੱਕ ਵਿਸ਼ੇਸ਼ ਬੱਚਾ ਕੌਣ ਹੈ ਉਹ ਬੱਚੇ ਹਨ ਜਿਨ੍ਹਾਂ ਕੋਲ ਅਪਾਹਜਤਾ ਜਾਂ ਅਸਮਰਥਾ ਦਾ ਸੁਮੇਲ ਹੈ ਜਾਂ ਫਿਰ ਇੱਕ ਅਪਾਹਜਤਾ ਹੋਵੇਗੀ ਜਾਂ ਫਿਰ ਕਾਫੀ ਸਾਰੀਆਂ ਅਪਾਹਜਤਾ ਦਾ ਸੁਮੇਲ ਹੋਵੇਗਾ ਜੋ ਸਿੱਖਣ ਜਾਂ ਹੋਰ ਗਤੀਵਿਧੀਆਂ ਨੂੰ ਮੁਸ਼ਕਲ ਬਣਾਉਂਦਾ ਹੈ अपाहिज ਹੁੰਦੇ ਆ ਬੱਚੇ ਮੁਸ਼ਕਿਲ ਆਂਦੀ ਆ ਉਹਨਾਂ ਨੂੰ ਸਿੱਖਣ ਦੇ ਵਿੱਚ ਜਾਂ ਕੋਈ ਵੀ ਗਤੀਵਿਧੀ ਕਰਨ ਦੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਉਹ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਕੋਲ ਹੈ ਮਾਨਸਿਕ ਕਮਜ਼ੋਰੀ ਮਾਨਸਿਕ ਕਮਜ਼ੋਰੀ ਹੁੰਦੀ ਆ ਜਿਸ ਕਾਰਨ ਉਹ ਦੂਜੇ ਬੱਚਿਆਂ ਨਾਲੋਂ ਹੌਲੀ-ਹੌਲੀ ਵਿਕਾਸ ਕਰਦੇ ਆ ਗ੍ਰੋਥ ਕਰਦੇ ਆ ਪਰ ਆਮ ਬੱਚਿਆਂ ਵਾਂਗੂ ਨਹੀਂ ਕਰਦੇ ਹੌਲੀ-ਹੌਲੀ ਕਰਦੇ ਆ ਜੇ ਡਿਸੇਬਿਲਟੀਜ਼ ਕਿਹੜੀ-ਕਿਹੜੀ ਹੁੰਦੀ ਆ ਉਹਨਾਂ ਦੀ ਗੱਲ ਕਰ ਲਈਏ ਵਿਜ਼ੂਅਲ ਇੰਪੇਅਰਮੈਂਟ ਹਿਅਰਿੰਗ ਇੰਪੇਅਰਮੈਂਟ लोकोमोटर इंपेयरमेंट विजुअल ਦੇ ਵਿੱਚ ਮਤਲਬ ਦੇਖਣ ਦੇ ਵਿੱਚ ਪ੍ਰੋਬਲਮ ਜਾਂ ਫਿਰ ਉਹ ਫੁੱਲ ਬਲਾਈਂਡ ਹੋਣਗੇ ਜਾਂ ਫਿਰ ਥੋੜਾ ਬਹੁਤ ਦੇਖ ਪਾਉਗੇ ਹੈਰਿੰਗ ਸੁਣਨ ਦੇ ਵਿੱਚ ਦਿੱਕਤ ਆਉਂਦੀ ਹੈ ਲੋਕੋਮੋਟਰ ਇੰਪੇਅਰਮੈਂਟ ਸੈਰੇਬਰਲ ਪਾਲਸੀ ਡਿਸੇਬਿਲਟੀ ਆਫ ਦਾ ਬੋਨਸ ਜੋਇੰਟਸ অর ਮਸਲਸ ਲੀਡਿੰਗ ਟੂ ਸਬਸਟੈਂਸ਼ੀਅਲ ਰਿਸਟ੍ਰਿਕਸ਼ਨ ਆਫ ਦਾ ਮੂਵਮੈਂਟ ਆਫ ਦਾ ਲਿੰਸ ਔਰ ਐਨੀ ਫਾਰਮ ਆਫ ਪਲਸੀ ਜਾਂ ਫਿਰ ਬੱਚੇ ਮਤਲਬ ਲੋਕੋਮੋਟਰ ਇੰਪੇਅਰਮੈਂਟ ਦੇ ਵਿੱਚ ਕੀ ਹੁੰਦਾ ਆ ਬੋਨਸ ਹੱਡੀਆਂ ਜਾਂ ਉਹਨਾਂ ਦੇ ਜੋਇੰਟਸ ਜਾਂ ਮਸਲਸ ਦੇ ਵਿੱਚ ਡਿਸੇਬਿਲਟੀ ਹੁੰਦੀ ਆ ਜਿਹਦੇ ਕਾਰਨ ਉਹ ਆਪਣੇ ਹੱਡੀਆਂ ਜਾਂ ਮਸਲਸ ਨੂੰ ਮੂਵ ਨਹੀਂ ਕਰ ਪਾਉਂਦੇ 멘ਟਲ ਰਿਟਾਰਡੇਸ਼ਨ 멘ਟਲ ਇਲਨਸ ਦਿਮਾਗੀ ਬਿਮਾਰੀਆਂ ਚਿਲਡਰਨ ਵਿਦ ਲਰਨਿੰਗ ਡਿਸੇਬਿਲਟੀ ਲਰਨਿੰਗ ਡਿਸੇਬਿਲਟੀ ਮਤਲਬ ਜਦੋਂ ਪੜਾਈ ਕਰਦੇ ਆ ਉਹਦੇ ਵਿੱਚ ਉਹਨਾਂ ਨੂੰ ਕਾਫੀ ਤਰ੍ਹਾਂ ਦੀਆਂ ਡਿਸੇਬਿਲਟੀਜ਼ ਆਉਂਦੀਆਂ ਨੇ ਇਹ ਕੁਝ ਇੱਕ ਅਜੀਹੀਆਂ ਡਿਸੇਬਿਲिटीज ਨੇ ਜੋ ਕਾਮਨ ਨੇ ਅੱਗੇ ਵਧ ਜਾਂਦੇ ਆ ਵਿਸ਼ੇ ਸਿੱਖਿਆ ਕਿਸ ਨਾਲ ਸੰਬੰਧਿਤ ਹੈ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਅਪਾਹਜਾਂ ਲਈ ਵਿਦਿਅਕ ਪ੍ਰੋਗਰਾਮ ਅਧਿਆਪਕਾਂ ਲਈ ਸਿੱਖਿਆ ਰ ਸਿਖਲਾਈ ਪ੍ਰੋਗਰਾਮ ਮੰਦ ਬੁੱਧੀ ਲਈ ਸਿਖਲਾਈ ਪ੍ਰੋਗਰਾਮ ਜਿਹੜੀ ਸਪੈਸ਼ਲ ਐਜੂਕੇਸ਼ਨ ਕਿਨਾਂ ਨੂੰ ਦਿੱਤੀ ਜਾਂਦੀ ਹੈ ਸਪੈਸ਼ਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਪਾਹਜਾਂ ਲਈ ਵਿਦਿਅਕ ਪ੍ਰੋਗਰਾਮ ਜਿਹੜੇ ਬੱਚਿਆਂ ਨੂੰ ਕੁਝ ਪ੍ਰੋਬਲਮ ਹੁੰਦੀ ਹੈ ਸਪੈਸ਼ਲ ਨੀਡ ਹੁੰਦੀ ਹੈ ਉਹਨਾਂ ਨੂੰ ਸਪੈਸ਼ਲ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਧਿਆਪਕਾਂ ਨੂੰ ਨਹੀਂ ਦਿੱਤੀ ਜਾਂਦੀ ਮੰਦਬੁੱਧੀਆਂ ਨੂੰ ਨਹੀਂ ਪ੍ਰਤੀਭਾਸ਼ਾਲੀਆਂ ਨੂੰ ਨਹੀਂ ਦਿੱਤੀ ਜਾਂਦੀ ਅਪਾਹਜਾਂ ਲਈ ਵਿਦਿਅਕ ਪ੍ਰੋਗਰਾਮ ਬਣਾਏ ਗਏ ਹੁੰਦੇ ਨੇ ਕਿਸ ਕਿਸਮ ਦਾ ਮੁਲਾਂਕਣ ਵਿਸ਼ੇਸ਼ਤਾ ਵਾਲੇ ਬੱਚਿਆਂ ਦੀ ਪਛਾਣ ਕਰਦਾ ਹੈ ਕਿਹੜਾ ਇਵਾਲਿਊਸ਼ਨ ਹੁੰਦਾ ਹੈ ਕਿਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਜਿਹੜਾ ਬੱਚਾ ਹੈ ਉਹ ਵਿਸ਼ੇਸ਼ ਬੱਚਾ ਹੈ ਹੋਰਾਂ ਨਾਲੋਂ ਅਲੱਗ ਹੈ ਪਲੇਸਮੈਂਟ ਸੰਖੇਪ ਲਗਾਤਾਰ ਡਾਇਗਨੋਸਟਿਕ ਜਿਹੜਾ ਈਵੋਲੂਸ਼ਨ ਹੈ ਉਸ ਈਵੋਲੂਸ਼ਨ ਦਾ ਨਾਮ ਹੈ ਡਾਇਗਨੋਸਟਿਕ ਇਹ ਤੁਸੀਂ ਯਾਦ ਰੱਖਣਾ ਹੈ ਕਿ ਡਾਇਗਨੋਸਟਿਕ ਈਵੋਲੂਸ਼ਨ ਦੇ ਨਾਲ ਪਤਾ ਲੱਗਦਾ ਹੈ ਕਿ ਜੋ ਬੱਚਾ ਹੈ ਉਹ ਸਪੈਸ਼ਲ ਨੀਡਸ ਵਾਲਾ ਬੱਚਾ ਹੈ ਡਾਇਗਨੋਸਟਿਕ ਈਵੋਲੂਸ਼ਨ ਕੀਤਾ ਜਾਂਦਾ ਹੈ ਬੱਚੇ ਦਾ ਆਪਾਹਜ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਕਿਸ ਸਾਲ ਆਯੋਜਿਤ ਕੀਤੀ ਗਈ ਸੰਯੁਕਤ ਰਾਸ਼ਟਰ ਕਨਵੈਨਸ਼ਨ ਆਯੋਜਿਤ ਕੀਤੀ ਗਈ ਕਦੋਂ 13 ਦਸੰਬਰ 2004 13 ਦਸੰਬਰ 2005 13 ਦਸੰਬਰ 2006 ਜਾਂ 13 ਦਸੰਬਰ 2007 ਇਹਦਾ ਸਹੀ ਆਨਸਰ ਹੈ 13 ਦਸੰਬਰ 2006 ਨੂੰ ਸੰਯੁਕਤ ਰਾਸ਼ਟਰ ਕਨਵੈਨਸ਼ਨ ਜੋਇਆ ਆਯੋਜਿਤ ਕੀਤੀ ਗਈ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਇਸ ਵਿੱਚ ਗੱਲ ਕੀਤੀ ਗਈ ਚਰਚਾ ਕੀਤੀ ਗਈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਿੱਖਿਆ ਦਾ ਪ੍ਰਬੰਧ ਇਹਨਾਂ ਰਾਹੀਂ ਕੀਤਾ ਜਾਂਦਾ ਹੈ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਉਹਨਾਂ ਦੇ ਲਈ ਸਿੱਖਿਆ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ ਵਿਸ਼ੇਸ਼ ਸਕੂਲਾਂ ਦੁਆਰਾ ਏਕੀਕ੍ਰਿਤ ਸਿੱਖਿਆ ਦੁਆਰਾ ਸਮਲਿਤ ਸਿੱਖਿਆ ਯਾਨੀ ਕਿ ਇਨਕਲੂਸਿਵ ਐਜੂਕੇਸ਼ਨ ਦੁਆਰਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਹੁੰਦੇ ਆ ਉਹਨਾਂ ਦੇ ਲਈ ਇਨਕਲੂਸਿਵ ਐਜੂਕੇਸ਼ਨ ਹੁੰਦੀ ਹੈ ਆਪਸ਼ਨ ਨੰਬਰ 3 ਇਨਕਲੂਸਿਵ ਐਜੂਕੇਸ਼ਨ ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਹੈ ਇਨਕਲੂਸਿਵ ਐਜੂਕੇਸ਼ਨ ਅਸਮਰਥਾ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਇੱਕੋ ਛੱਤ ਦੇ ਅੰਦਰ ਆਮ ਬੱਚਿਆਂ ਦੇ ਨਾਲ ਸਿੱਖਣ ਦੀਆਂ ਮੁਸ਼ਕਲਾਂ ਲਈ ਇੱਕ ਨਵੀਂ ਪਹੁੰਚ ਹੈ। ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਬੱਚਾ ਹੈ ਇੰਨਾ ਇੰਟੈਲੀਜੈਂਟ ਨਹੀਂ ਹੈ, ਅਸਮਰਥਾ ਵਾਲਾ ਬੱਚਾ ਹੈ, ਉਹਨੂੰ ਉਹਨਾਂ ਬੱਚਿਆਂ ਦੇ ਨਾਲ ਪੜ੍ਹਾਇਆ ਜਾਂਦਾ ਹੈ ਜਿਹੜੇ ਸਮਰਥ ਨੇ ਆਰਡੀਨਰੀ ਨੇ। ਯਾਨੀ ਕਿ ਜਿਹੜੇ ਘੱਟ ਆਰਡੀਨਰੀ ਬੱਚੇ ਨੇ ਇਹਨਾਂ ਨੂੰ ਆਰਡੀਨਰੀ ਆਮ ਬੱਚਿਆਂ ਦੇ ਨਾਲ ਬਿਠਾਇਆ ਜਾਂਦਾ ਹੈ ਤਾਂ ਕਿ ਉਹਨਾਂ ਦੇ ਨਾਲ ਬੈਠ ਕੇ ਉਹ ਕੁਝ ਨਵੀਆਂ ਚੀਜ਼ਾਂ ਸਿੱਖਣ। ਇਹ ਸਾਰੇ ਵਿਦਿਆਰਥੀਆਂ ਨੂੰ ਇੱਕ ਵਿੱਚ ਲਿਆਉਂਦਾ ਹੈ ਸਾਰੇ ਵਿਦਿਆਰਥੀ ਜੋ ਨੇ ਇਕੱਠੇ ਬੈਠਦੇ ਨੇ ਚਾਹੇ ਉਹ ਸਪੈਸ਼ਲ ਬੱਚਾ ਹੈ ਚਾਹੇ ਉਹ ਆਰਡੀਨਰੀ ਬੱਚਾ ਹੈ ਕਲਾਸਰੂਮ ਅਤੇ ਕਮਿਊਨਿਟੀ ਕਿਸੇ ਵੀ ਖੇਤਰ ਵਿੱਚ ਉਹਨਾਂ ਦੀਆਂ ਸ਼ਕਤੀਆਂ ਜਾਂ ਕਮਜ਼ੋਰੀਆਂ ਦੀ ਪ੍ਰਵਾਹ ਕਿਤੇ ਬਿਨਾ ਅਤੇ ਕੋਸ਼ਿਸ਼ ਕਰਦਾ ਹੈ ਮਤਲਬ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਕਮਜ਼ੋਰੀ ਦੀ ਪ੍ਰਵਾਹ ਕਿਤੇ ਬਿਨਾ ਉਹਨਾਂ ਨੂੰ ਇਕੱਠੇ ਬੈਠ ਕੇ ਪੜਾਇਆ ਜਾਵੇ ਉਸ ਨੂੰ ਕਹਿੰਦੇ ਆ ਇਨਕਲੂਸਿਵ ਐਜੂਕੇਸ਼ਨ ਐਸਈਐਨ ਦਾ ਕੀ ਮਤਲਬ ਹੈ SCN ਦੀ ਫੁੱਲ ਫਾਰਮ ਯਾਦ ਕਰਨੀ ਜ਼ਰੂਰੀ ਹੈ SCN ਦੀ ਫੁੱਲ ਫਾਰਮ ਹੈ ਸਪੈਸ਼ਲ ਐਜੂਕੇਸ਼ਨ ਨੀਡਸ ਜਿਹੜੇ ਬੱਚੇ ਸਪੈਸ਼ਲ ਹੁੰਦੇ ਨੇ ਲਈ ਉਹਨਾਂ ਦੇ ਲਈ ਐਜੂਕੇਸ਼ਨ ਨੀਡਸ ਹੁੰਦੀਆਂ ਨੇ ਉਹ ਵੀ ਸਪੈਸ਼ਲ ਹੁੰਦੀਆਂ ਨੇ SCN ਦੀ ਫੁੱਲ ਫਾਰਮ ਹੈ ਸਪੈਸ਼ਲ ਐਜੂਕੇਸ਼ਨ ਨੀਡਸ ਟਾਈਪਸ ਆਫ ਲਰਨਿੰਗ ਡਿਸੇਬਿਲਟੀ ਆਪਾਂ ਸਾਰੇ ਡਿਸੇਬਿਲਟੀ ਦੀ ਗੱਲ ਕਰਾਂਗੇ ਇੱਕ ਵੀਡੀਓ ਦੇ ਵਿੱਚ ਪਰ ਇਸ ਦੇ ਵਿੱਚ ਆਪਾਂ ਸਿਰਫ ਲਰਨਿੰਗ ਡਿਸੇਬਿਲਟੀ ਦੀ ਗੱਲ ਕਰ ਰਹੇ ਹਾਂ ਸਭ ਤੋਂ ਪਹਿਲੇ ਟਾਈਪ ਦੀ ਲਰਨਿੰਗ ਡਿਸੇਬਿਲਟੀ ਹੈ डाइसलेक्सिया डाइसलेक्सिया की है एक मुश्किल जो कुछ ਲੋਕਾਂ ਨੂੰ ਪੜਨ ਅਤੇ ਸਪੈਲਿੰਗ ਵਿੱਚ ਆਉਂਦੀ ਹੈ ਕੁਝ ਬੱਚਿਆਂ ਨੂੰ ਪੜਨ ਦੇ ਵਿੱਚ ਤੇ ਸਪੈਲਿੰਗਸ ਦੇ ਵਿੱਚ ਜੋ ਹੈ ਦਿੱਕਤ ਆਉਂਦੀ ਹੈ ਜਿਹਨੂੰ ਕਿਹਾ ਜਾਂਦਾ ਹੈ ਡਾਇਸਲੇक्सिया ਡਾਇਸਲੇक्सिया ਕੀ ਹੈ ਪੜਨ ਦੇ ਵਿੱਚ ਤੇ ਸਪੈਲਿੰਗਸ ਦੇ ਵਿੱਚ ਦਿੱਕਤ ਆਣਾ ਅਗਲਾ ਹੈ ਡਾਈਸ ਗ੍ਰਾਫੀਆ ਦਿਮਾਗ ਦੀ ਬਿਮਾਰੀ ਜਾਂ ਨੁਕਸਾਨ ਦੇ ਲੱਛਣ ਵੱਜੋਂ ਇੱਕਸਾਰਤਾ ਨਾਲ ਲਿਖਣ ਦੀ ਅਯੋਗਤਾ ਹੁਣੇ ਤੁਸੀਂ ਯਾਦ ਕੀਤਾ ਰੱਖਣਾ ਹੈ ਗ੍ਰਾਫ ਇਹਦੇ ਵਿੱਚ ਇੱਕ ਵਰਡ ਹੈ ਵਿੱਚ ਆਇਆ ਗ੍ਰਾਫ ਯਾਨੀ ਕਿ ਲਿਖਣਾ ਵਗੈਰਾ ਕੁਝ ਠੀਕ ਹੈ ਨਾ ਗ੍ਰਾਫ ਤੋਂ ਤੁਸੀਂ ਯਾਦ ਰੱਖਣਾ ਹੈ ਕਿ ਇਹ ਬਿਮਾਰੀ ਕਿਸ ਨਾਲ ਰਿਲੇਟਡ ਹੈ ਲਿਖਣ ਦੀ ਅਯੋਗਤਾ ਦੇ ਨਾਲ ਡਾਈਸਗ੍ਰਾਫੀਆ ਦਿਮਾਗ ਦੀ ਬਿਮਾਰੀ ਜਾਂ ਨੁਕਸਾਨ ਦੇ ਲੱਛਣ ਵੱਜੋਂ ਲਿਖਣ ਦੀ ਅਯੋਗਤਾ ਹੋ ਜਾਂਦੀ ਹੈ ਉਹਨੂੰ ਕਹਿੰਦੇ ਆ ਡਾਈਸਗ੍ਰਾਫੀਆ ਅਗਲਾ ਹੈ ਡਾਈਸ ਕੈਲਕੁਲੀਆ ਹੁਣ ਇਹਦੇ ਵਿੱਚ ਯਾਦ ਰੱਖਣ ਵਾਲਾ ਵਰਡ ਹੈ ਕੈਲਕੁਲੀਆ ਕੈਲਕੂਲੇਸ਼ਨ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਦਿਮਾਗੀ ਵਿਕਾਰ ਦੇ ਨਤੀਜੇ ਵਜੋਂ ਗਣਿਤਕ ਗਣਨਾ ਕਰਨ ਵਿੱਚ ਗੰਭੀਰ ਮੁਸ਼ਕਲ ਜਜੋ ਵਿੱਚ ਕੈਲਕੁਲੀਆ ਵਰਡ ਆ ਗਿਆ ਇਹਦੇ ਵਿੱਚ ਵਰਡ ਆਇਆ ਹੈ C A L C U L I A ਕੈਲਕੁਲੀਆ ਇਦਾ ਮਤਲਬ ਇਹ ਹੈ ਕਿ ਕੈਲਕੂਲੇਸ਼ਨ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਗ੍ਰਾਫਿਕਾ ਦੇ ਵਿੱਚ ਲਿਖਣ ਦੇ ਵਿੱਚ ਡਾਈਸਲੈਕਸੀ ਆ ਜਿਵੇਂ ਜਿਹੜਾ 3 ਨੰਬਰ ਦਾ ਹੈ ਇਹਦੇ ਵਿੱਚ ਪੜ੍ਹਨ ਅਤੇ ਸਪੈਲਿੰਗ ਦੇ ਵਿੱਚ ਦਿੱਕਤ ਆਉਂਦੀ ਹੈ ਇਹ ਤਿੰਨੇ ਜੋ ਹੈ ਇੱਕੋ ਜਿਹੇ ਲਰਨਿੰਗ ਡਿਸੇਬਿਲਟੀ ਦੇ ਪ੍ਰਕਾਰ ਨੇ ਅਗਲਾ ਹੈ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ ਇੱਕ ਸੁਣਵਾਈ ਦੀ ਸਮੱਸਿਆ ਹੈ ਜੋ ਸਕੂਲੀ ਉਮਰ ਦੇ ਬੱਚਿਆਂ ਦੇ ਲਗਭਗ 3 ਤੋਂ 5% ਨੂੰ ਪ੍ਰਭਾਵਿਤ ਕਰਦੀ ਹੈ ਇਸ ਸਥਿਤੀ ਵਾਲੇ ਬੱਚੇ ਜਿਸ ਨੂੰ ਕੇਂਦਰੀ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ ਵੀ ਕਿਹਾ ਜਾਂਦਾ ਹੈ ਉਹ ਨਹੀਂ ਸਮਝ ਸਕਦੇ ਸਮਝ ਨਹੀਂ ਸਕਦੇ ਕਿ ਉਹ ਕੀ ਸੁਣਦੇ ਹਨ ਜਿਵੇਂ ਕਿ ਸਾਰੇ ਬੱਚੇ ਕਰਦੇ ਹਨ ਅਜੀਹਾ ਇਸ ਲਈ ਹੈ ਕਿਉਂਕਿ ਉਹਨਾਂ ਦੇ ਕੰਨ ਅਤੇ ਦਿਮਾਗ ਪੂਰੀ ਤਰ੍ਹਾਂ ਨਾਲ ਤਾਲਮੇਲ ਨਹੀਂ ਕਰਦੇ ਆਡੀਟਰੀ ਦੇ ਵਿੱਚ ਕੀ ਆ ਡਿਸਆਰਡਰ ਦੇ ਵਿੱਚ ਬੱਚਿਆਂ ਨੂੰ ਸੁਣਨ ਦੇ ਵਿੱਚ ਦਿੱਕਤ ਆਉਂਦੀ ਹੈ ਉਹਨਾਂ ਦੇ ਜਿਹੜੇ ਕੰਨਾਂ ਅਤੇ ਉਹਨਾਂ ਦੇ ਦਿਮਾਗ ਆ ਤਾਲਮੇਲ ਆਪਸ ਦੇ ਵਿੱਚ ਨਹੀਂ ਬਿਠਾ ਪਾਉਂਦੇ ਇਸ ਲਈ ਉਹਨਾਂ ਨੂੰ ਸੁਣਨ ਦੇ ਵਿੱਚ ਜੋ ਹੈ ਦਿੱਕਤ ਆਉਂਦੀ ਹੈ ਇਹਨੂੰ ਕਿਹਾ ਜਾਂਦਾ ਹੈ सेंट्रल ऑडिटरी प्रोसेसिंग डिसऑर्डर ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਸੁਣ ਰਹੇ ਆ ਦੂਸਰੇ ਬੱਚੇ ਆਰਡੀਨਰ ਬੱਚੇ ਆਸਾਨੀ ਨਾਲ ਸਮਝ ਜਾਂਦੇ ਆ ਕਿ ਉਹ ਕੀ ਸੁਣ ਰਹੇ ਆ ਪਰ ਇਹ ਨਹੀਂ ਸਮਝ ਪਾਉਂਦੇ ਉਹਨੂੰ ਕਹਿੰਦੇ ਆ ਆਡੀਟਰੀ ਪ੍ਰੋਸੈਸਿੰਗ ਡਿਸਆਰਡਰ ਉਸ ਤੋਂ ਬਾਅਦ ਹੈ ਲੈਂਗੁਏਜ ਪ੍ਰੋਸੈਸਿੰਗ ਡਿਸਆਰਡਰ ਲੈਂਗੁਏਜ ਪ੍ਰੋਸੈਸਿੰਗ ਡਿਸਆਰਡਰ ਇੱਕ ਨਿਊਰੋਲੋਜੀਕਲ ਸਮੱਸਿਆ ਹੈ ਯਾਨੀ ਕਿ ਦਿਮਾਗੀ ਪ੍ਰੋਬਲਮ ਹੈ ਲੈਂਗੁਏਜ ਡਿਸਆਰਡਰ ਹੈ ਸਹੀ ਕਾਰਨ ਅਕਸਰ ਨਹੀਂ ਜਾਣ ਹੁੰਦਾ ਪਤਾ ਨਹੀਂ ਕਿ ਇਹਦਾ ਅਸਲੀ ਕਾਰਨ ਕੀ ਹੈ ਪ੍ਰੋਬਲਮ ਹੁੰਦਾ ਐਲਬੀਜੀ ਜ਼ੁਬਾਨੀ ਪੇਸ਼ ਕੀਤੀ ਜਾਣਕਾਰੀ ਨੂੰ ਸਮਝਣ ਲਈ ਲੋੜੀਂਦੇ ਹੁਨਰਾਂ ਨੂੰ ਪ੍ਰਭਾਵਿਤ ਕਰਦਾ ਹੈ ਉਹਨਾਂ ਹੁਨਰਾਂ ਵਿੱਚ ਧਿਆਨ ਯਾਦਦਾਸ਼ ਹੇਠ ਲਿਖੇ ਨਿਰਦੇਸ਼ ਸਿੱਖਣ ਕਈ ਵਾਰ ਪੜ੍ਹਨਾ ਤੇ ਸਪੈਲਿੰਗ ਵੀ ਸ਼ਾਮਿਲ ਹੁੰਦੇ ਹਨ ਮਤਲਬ ਲੈਂਗੁਏਜ ਦੀ ਪ੍ਰੋਸੈਸਿੰਗ ਦੇ ਵਿੱਚ ਦਿੱਕਤ ਆਉਂਦੀ ਹੈ ਧਿਆਨ ਦੇ ਵਿੱਚ ਮਤਲਬ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਜਬਾਨੀ ਜਾਣਕਾਰੀ ਉਸ ਨੂੰ ਸਮਝਣ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਨਾ ਸਿੱਖਣ ਵਿੱਚ ਪੜ੍ਹਨ ਵਿੱਚ ਸਪੈਲਿੰਗ ਦੇ ਵਿੱਚ ਧਿਆਨ ਦੇ ਵਿੱਚ ਯਾਦਦਾਸ਼ਤ ਦੇ ਵਿੱਚ ਜੋ ਇਹ ਦਿੱਕਤ ਆਉਂਦੀ ਉਹਨੂੰ ਕਹਿੰਦੇ ਆ ਲੈਂਗੁਏਜ ਪ੍ਰੋਸੈਸਿੰਗ ਡਿਸਆਰਡਰ ਨੋਨ ਵਰਬਲ ਲਰਨਿੰਗ ਡਿਸੇਬਿਲिटीज ਗੈਰ ਮੌਖਿਕ ਲਰਨਿੰਗ ਡਿਸਆਰਡਰ ਇੱਕ ਸਿੱਖਣ ਦੀ ਅਯੋਗਤਾ ਹੈ ਜੋ ਮੋਟਰ ਵਿਜ਼ੂਅਲ ਸਪੇਸ਼ੀਅਲ ਸਮਾਜਿਕ ਹੁਨਰਾਂ ਵਿੱਚ ਮੁਸ਼ਕਲ ਪੈਦਾ ਕਰਦੀ ਹੈ ਐਨਵੀਡਬਲਡੀ ਨੋਨ ਵਰਬਲ ਲੈਂਗੁਏਜ ਲਰਨਿੰਗ ਡਿਸੇਬਿਲਟੀ ਵਾਲੇ ਬੱਚੇ ਅਕਸਰ ਚੰਗੀ ਤਰ੍ਹਾਂ ਬੋਲਦੇ ਆ ਲਿਖਦੇ ਆ ਪਰ ਸੁਖਮ ਸਮਾਜਿਕ ਸੰਕੇਤਾ ਤੇ ਅਮੂਰਤ ਧਾਰਨਾਵਾਂ ਦੀ ਸਮਝ ਨਾਲ ਸੰਘਰਸ਼ ਕਰਦੇ ਆ ਨੋਨ ਵਰਬਲ ਵਾਲੇ ਜਿਹੜੇ ਆ ਚੰਗੀ ਤਰ੍ਹਾਂ ਬੋਲ ਲੈਂਦੇ ਆ ਚੰਗੀ ਤਰ੍ਹਾਂ ਲਿਖ ਲੈਂਦੇ ਆ ਪਰ ਜਦੋਂ ਉਹਨਾਂ ਨੂੰ ਕੋਈ ਸੰਕੇਤਾ ਰਾਹੀਂ ਕੋ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਵਿੱਚ ਉਹਨਾਂ ਨੂੰ ਜੋਇਆ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਗਲਾ ਹੈ ਵਿਜ਼ੂਅਲ ਪਰਸੈਪਚੁਅਲ ਵਿਜ਼ੂਅਲ ਮੋਟਰ ਡੈਫਿਸਿਟ ਜਿਹਨੂੰ ਆਪਾਂ ਅੱਗੇ ਪੜਾਂਗੇ ਇਹਨਾਂ ਨੂੰ ਜੇਕਰ ਤੁਸੀਂ ਫੇਰ ਇੱਕ ਵਾਰ ਡਿਟੇਲ ਦੇ ਵਿੱਚ ਹੋਰ ਸਮਝਣਾ ਚਾਹੁੰਦੇ ਹੋ ਹਜੇ ਮੈਂ ਜੋਇਆ ਸ਼ਾਰਟ ਸ਼ਾਰਟ ਦੇ ਵਿੱਚ ਦੱਸ ਦਿੱਤਾ ਹੈ ਜੇ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸਮਝਣਾ ਚਾਹੁੰਦੇ ਹੋ ਆਪਾਂ ਇਹਨਾਂ ਦੀ ਇੱਕ ਹੋਰ ਵੀਡੀਓ ਬਣਾ ਦੇਵਾਂਗੇ ਬਾਅਦ ਦੇ ਆਗਲੇ ਕੁਐਸਚਨ ਵੱਲ ਵਿਜ਼ੂਅਲ ਸਪੇਸ਼ੀਅਲ ਨਪੂ ਸੰਗਤਾ ਪਾਹਜਤਾ ਹੈ ਵਿਜ਼ੂਅਲ ਸਪੇਸ਼ੀਅਲ ਡੀਫੰਕਸ਼ਨ ਇਜ਼ ਅ ਡੈਸ਼ ਡਿਸੇਬਿਲਟੀ ਆਡੀ ਵਿਜ਼ੂਅਲ ਆਪਾਂ ਲਾਸਟ ਵਾਲੀ ਕਿੱਤੀ ਸੀ ਉਸ ਉਸ ਦੀ ਗੱਲ ਕੀਤੀ ਗਈ ਹੈ ਕਿਹੜੀ ਡਿਸੇਬਿਲਟੀ ਲਰਨਿੰਗ ਡਿਸੇਬਿਲਟੀ ਆ ਵਿਜ਼ੂਅਲ ਪਰਸੈਪਚੁਅਲ ਚ ਕੀ ਹੁੰਦਾ ਆ ਕਿ ਜੇਕਰ ਬੱਚਿਆਂ ਨੂੰ ਕੋਈ ਚਾਰਟ ਵਗੈਰਾ ਜਾਂ ਆਕਾਰ ਵਗੈਰਾ ਦਿਖਾਏ ਜਾਂਦੇ ਆ ਉਹਨਾਂ ਨੂੰ ਸਮਝਣ ਦੇ ਵਿੱਚ ਬੱਚੇ ਨੂੰ ਦਿੱਕਤ ਆਉਂਦੀ ਆ ਠੀਕ ਹੈ ਨਾ ਕੁਝ ਵੀ ਇਹਨਾਂ ਨੂੰ ਆਪਾਂ ਸੰਕੇਤ ਰਾਹੀਂ ਕੁਝ ਦਿਖਾ ਰਹੇ ਹਾਂ ਕੁਝ ਗ੍ਰਾਫ ਵਗੈਰਾ ਦਿਖਾ ਰਹੇ ਹਾਂ ਆਹ ਹੈ ਇਹਦਾ ਚੈਕਰ ਇਹ ਡੈਫੀਨੇਸ਼ਨ ਕਰਨਾ ਚਾਹੀਏ ਸਿੱਖਣਾ ਇਸ ਵਿੱਚ ਸ਼ਾਮਿਲ ਹੈ ਵਿਜ਼ੂਅਲ ਸਪੇਸ਼ੀਅਲ ਸਥਿਤੀ ਦੇ ਨਾਲ ਮੁਸ਼ਕਲਾਂ ਮਤਲਬ ਗ੍ਰਾਫ ਚਾਰਟ ਨਕਸ਼ੇ ਦੀ ਵਿਆਖਿਆ ਕਰਨ ਦੇ ਵਿੱਚ ਮੁਸ਼ਕਲ ਆਉਂਦੀਆਂ ਨੇ ਠੀਕ ਆ ਦਿਸ਼ਾ ਅਤੇ ਸਥਿਤੀ ਸੰਕਲਪਾ ਦੇ ਕਾਰਨ ਰੋਟੇਟ ਅੰਕੜਿਆਂ ਦਾ ਨਿਰਣਾ ਕਰਨਾ ਵਿੱਚ ਮੁਸ਼ਕਲ ਬੱਚੇ ਨੂੰ ਕੁਝ ਗ੍ਰਾਫ ਆ ਚਾਰਟ ਜਾਂ ਨਕਸ਼ੇ ਆ ਠੀਕ ਆ ਦਿਸ਼ਾ ਵਗੈਰਾ ਆ ਉਹਦੀ ਸਮਝਣ ਦੇ ਵਿੱਚ ਦਿੱਕਤ ਆਂਦੀ ਆ ਉਹਨੂੰ ਕਹਿੰਦੇ ਆ ਵਿਜ਼ੂਅਲ ਸਪੇਸ਼ੀਅਲ ਡੀ ਫੰਕਸ਼ਨ ਇਹ ਵੀ ਇੱਕ ਲਰਨਿੰਗ ਡਿਸੇਬਿਲਟੀ ਹੈ ਆਸਵੀਕਾਰ ਕੀਤੇ ਬੱਚਿਆਂ ਦੀ ਮਦਦ ਕਰਨ ਤੇ ਦੇ ਪ੍ਰਭਾਸ਼ਾਲ ਪ੍ਰਭਾਵਸ਼ਾਲੀ ਅਭਿਆਸਾਂ ਵਿੱਚੋਂ ਕਿਹੜਾ ਇੱਕ ਹੈ ਜੇ ਆਸਵੀਕਾਰ ਕੀਤੇ ਗਏ ਬੱਚੇ ਆ ਉਹਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਰਿਕਾਰਡਿੰਗ ਦੁਆਰਾ ਮਾਡਲਿੰਗ ਦੁਆਰਾ ਸਿਖਲਾਈ ਦੁਆਰਾ ਜਾਂ ਛਿੜਕਣ ਦੁਆਰਾ ਤੇ ਮਾਡਲਿੰਗ ਦੁਆਰਾ ਉਹਨਾਂ ਦੀ ਹੈਲਪ ਜਿਵੇਂ ਕੀਤੀ ਜਾ ਸਕਦੀ ਹੈ ਮਾਡਲਿੰਗ ਕੀ ਹੈ ਬੈਂਡੂਰਾ ਦੇ ਅਨੁਸਾਰ ਮਾਡਲਿੰਗ ਨਿਰਖਣ ਕੀਤੇ ਵਿਅਕਤੀ ਦੇ ਵਿਵਹਾਰ ਨੂੰ ਦਰਸਾਉਂਦੀ ਹੈ ਨਾ ਕਿ ਉਸ ਵਿਅਕਤੀ ਦੇ ਵਿਵਹਾਰ ਨੂੰ ਜੋ ਪਾਲਣਾ ਕਰਦਾ ਹੈ ਇਹਦੇ ਵਿੱਚ ਇੰਪੋਰਟੈਂਟ ਇਧਰੋਂ ਸ਼ੁਰੂ ਹੁੰਦਾ ਹੈ ਬੱਚਾ ਮਾਪਿਆਂ ਦੇ ਵਿਵਹਾਰ ਨੂੰ ਦੇਖਦਾ ਹੈ ਮਾਪੇ ਰੋਲ ਮਾਡਲ ਹੁੰਦੇ ਆ ਮਾਡਲਿੰਗ ਕੀ ਆ ਕਿਸੇ ਹੋਰ ਨੂੰ ਦੇਖ ਕੇ ਸਿੱਖਣਾ ਜਿਹੜੇ ਮਾਪੇ ਹੁੰਦੇ ਬੱਚੇ ਦੇ ਰੋਲ ਮਾਡਲ ਹੁੰਦਾ ਹੈ ਤਾਂ ਬੱਚਾ ਜਿਹੜਾ ਹੈ ਆਪਣੇ ਮਾਪਿਆਂ ਨੂੰ ਦੇਖ ਕੇ ਸਿੱਖਦਾ ਆ ਠੀਕ ਹੈ ਤਾਂ ਕਹਿੰਦੇ ਮਾਡਲਿੰਗ ਦੁਆਰਾ ਬੱਚਿਆਂ ਨੂੰ ਸਿਖਾਇਆ ਜਾ ਸਕਦਾ ਹੈ ਮਤਲਬ ਉਹਨਾਂ ਦੇ ਸਾਹਮਣੇ ਉਹਦਾ ਵਿਵਹਾਰ ਕਰਕੇ ਦਿਖਾਇਆ ਜਾਵੇ ਜਿੰਨਾ ਬੱਚੇ ਜੋ ਹੈ ਸਿੱਖ ਜਾਣ ਬੱਚਾ ਮਾਪਿਆਂ ਦੇ ਵਿਵਹਾਰ ਦੀ ਨਕਲ ਕਰਦਾ ਹੈ ਨਿਰੱਖਣ ਕਿਤੇ ਵਿਵਹਾਰ ਨੂੰ ਲਾਗੂ ਕਰਨ ਲਈ ਸਹਕਾਰਾਤਮਕ ਨਤੀਜਿਆਂ ਦੀ ਉਮੀਦ ਦੀ ਲੋੜ ਹੋਵੇਗੀ ਇਹ ਦੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਮਾਡਲ ਨੂੰ ਉਸੇ ਵਿਵਹਾਰ ਲਈ ਨਾਮ ਦਿੱਤਾ ਗਿਆ ਸੀ। ਮਤਲਬ ਇੱਕ ਤਰੀਕੇ ਨਾਲ ਤੁਸੀਂ ਪੂਰਾ ਪੜ੍ਹਨਾ ਪਾੜ ਸਕਦੇ ਹੋ ਸਾਰੇ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਇੱਕ ਨਿੱਗਾ ਤੇ ਦੋਸਤਾਨਾ ਰਵੱਈਆ ਦਿਖਾਇਆ ਜਾਣਾ ਚਾਹੀਦਾ ਹੈ। ਯਕੀਨੀ ਬਣਾਉਣ ਲਈ ਕਿ ਉਹ ਇੱਕ ਸਕਾਰਾਤਮਕ ਉਦਾਹਰਣ ਬਣਾ ਰਹੇ ਹਨ। ਅਸਵੀਕਾਰ ਕੀਤੇ ਬੱਚਿਆਂ ਦੀ ਮਦਦ ਕਰਨ ਲਈ ਸਭ ਤੋਂ ਵਧੀਆ ਅਭਿਆਸ ਜੋ ਹੈ ਮਾਡਲਿੰਗ ਹੋ ਸਕਦੀ ਹੈ। ਮਾਡਲਿੰਗ ਵਿੱਚ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਜੋ ਹੈ ਪੇਸ਼ ਆਣਾ ਚਾਹੀਦਾ ਹੈ, ਚੰਗੀ ਤਰੀਕੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਸਪੈਸ਼ਲ ਬੱਚੇ ਹਨ ਉਹਨਾਂ ਤੋਂ ਸਿੱਖ ਸਕਣ। ਕਿਹੜੇ ਸਾਲ ਅਪਾਹਜ ਵਿਅਕਤੀਆਂ ਦੇ ਅਧਿਕਾਰ ਬਿੱਲ ਪਾਸ ਕੀਤਾ ਗਿਆ ਸੀਗਾ 2016 ਦੇ ਵਿੱਚ ਅਪਾਹਜ ਵਿਅਕਤੀਆਂ ਦੇ ਲਈ ਅਧਿਕਾਰ ਬਿੱਲ ਜੋ ਹੈ ਉਹ ਪਾਸ ਕੀਤਾ ਗਿਆ ਸੀ ਠੀਕ ਹੈ ਇਹ ਇੱਧਰ نیچے ਹਾਈਲਾਈਟ ਵੀ ਕੀਤਾ ਗਿਆ ਹੈ ਕਿ 2016 ਦੇ ਵਿੱਚ ਜਿਹੜਾ ਹੈ ਅਪਾਹਜ ਵਿਅਕਤੀਆਂ ਦੇ ਲਈ ਅਧਿਕਾਰ ਬਿੱਲ ਪਾਸ ਕੀਤਾ ਗਿਆ ਸੀ ਤੇ ਸਟੂਡੈਂਟਸ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨੇ ਹੀ ਕੁਐਸਚਨ ਇਹ ਛੋਟੀ ਜਿਹੀ ਇੱਕ ਵੀਡੀਓ ਆਪਾਂ ਬਣਾਈ ਬਹੁਤ ਜ਼ਿਆਦਾ ਲੈਂਥੀ ਵੀਡੀਓ ਨਹੀਂ ਬਣਾਈ ਜੇਕਰ ਤੁਸੀਂ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਪੜਨਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਹੋਰ ਡਿਟੇਲਿੰਗ ਦੇ ਵਿੱਚ ਵੀਡੀਓ ਬਣਾ ਦੇਵਾਂਗੇ ਜਾਂ ਫਿਰ ਜੋ ਵੀ ਟੌਪਿਕ ਤੁਸੀਂ ਪਹਿਲਾਂ ਪੜਨਾ ਚਾਹੁੰਦੇ ਹੋ ਉਸ ਤੇ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਕੁਝ ਹੋਰ ਬੱਚਿਆਂ ਦੇ ਵੀ ਜੋ ਹੈ ਮਦਦ ਹੋ ਸਕੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ